ਜਵਾਕਾਂ ਨੂੰ ਪਤਾ ਹੀ ਨੀ ਸੀ ਲੱਗਦਾ ਮੇਰੇ ਨਾਲਿਆਂ ਨੂੰ ਕਿਤੇ ਸਾਈਕਲ ਤੇ ਆ ਗਿਆ ਕਿਤੇ ਤੁਰ ਕੇ।
ਕਿਆ ਕਿਆ ਕਹਿਣਾ ਕਿ ਤੁਰ ਕੇ ਆਉਂਦਾ ਕੁੱਲ ਨੂੰ ਮੰਨਦਾ, ਕੁੱਲ ਨੂੰ ਮਿਲ ਕੇ ਜਾਂਦਾ, ਕੋਈ ਵੀ ਵੱਡੇ ਤੋਂ ਛੋਟਾ, ਛੋਟਿਆਂ ਨਾਲ ਵਾਲਾ ਪਿਆਰ ਕਰਦਾ। ਜਿਹੜੇ ਛੋਟੀ ਪਰਮਜੀਤ ਕੌਰ ਜੀ ਮੇਰੇ ਨਾਲ, ਹਾਂਜੀ 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 ਹਾਂਜੀ, ਸਿੱਧੂ ਦੇ ਆਉਣ ਦੀ ਖੁਸ਼ੀ ਮਨਾ ਰਹੇ ਹੋ? ਬਹੁਤ ਖੁਸ਼ੀ ਹੈ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ, ਅਸੀਂ ਜੀ ਬਹੁਤ ਉਹ ਕਰਾਂਗੇ ਜੀ। ਹਜੇ ਆਪ ਨੇ ਆਉਣਾ, ਬਾਈ ਸਾਹਿਬ ਨੇ, ਸਰਪੰਚ ਨੇ, ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ। ਹਾਂਜੀ ਪੂਰਾ ਮਾਹੌਲ ਨਿੰਮ ਜੀ, ਹਾਂ ਅਸੀਂ ਬਣਤਾ ਜੀ, ਕਹਿੰਦੇ ਛੋਟਾ ਸ਼ੁਭ ਆ ਗਿਆ, ਆ ਗਿਆ ਜੀ, ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ। ਅੱਛਾ ਕਿੰਨਾ ਕੁ ਮਾਹੌਲ ਬਣਦਾ ਸੀ ਸਿੱਧੂ ਉਰੇ ਜੀ? ਬਹੁਤ ਜ਼ਿਆਦਾ ਹੀ ਬਣਦਾ ਸੀ, ਇੱਥੇ ਆ ਕੇ ਬਹਿੰਦਾ ਸੀ ਉਹ। ਹਾਂਜੀ ਉਹਨੇ ਆ ਕੇ ਜਦੋਂ ਹੋਲੀ ਹੁੰਦੀ ਉਹ ਸਾਰਿਆਂ ਨਾਲ ਖੇਡਦਾ ਜੀ। ਲੰਮੇ ਟਾਈਮ ਤੋਂ ਖੁਸ਼ੀ ਨਹੀਂ ਮਨਾਈ ਸੀ ਪਿੰਡ? ਨਾ ਜੀ ਨਾ ਜੀ, ਨਵੇਂ ਹੁਣ ਬਣਾਈ ਅਸੀਂ। ਹੁਣ ਟਾਈਮ ਹੋ ਗਿਆ ਬਹੁਤ ਜੀ, ਬਹੁਤ ਹੋ ਗਿਆ ਜੀ। ਅੱਜ ਫੇਰ ਹੁਣ ਤਾਂ ਨਹੀਂ ਮੁੜਨ ਦਿੰਦੇ ਖੁਸ਼ੀ? ਨਾ ਜੀ ਨਾ ਜੀ, ਹੁਣ ਤਾਂ ਜੀ ਉਸ ਤੋਂ ਬਾਅਦ ਖੁਸ਼ੀਆਂ ਬਣਾਵਾਂਗੇ ਜੀ। ਅੱਛਾ ਉਸ ਤੋਂ ਬਾਅਦ ਬਣਾਵਾਂਗੇ? ਹਾਂ ਜੀ। ਕੀ ਬਾਤ ਹੈ, ਸਾਡਾ ਸਿੱਧੂ ਵਾਪਸ ਆ ਗਿਆ ਵੀਰੇ, ਸਾਨੂੰ ਇੰਨੀ ਖੁਸ਼ੀ ਆ ਬਹੁਤ ਜ਼ਿਆਦਾ। ਕਿਉਂ? ਕਿਉਂਕਿ ਸਾਡੇ ਸਾਰੇ ਤਿਉਹਾਰ ਪਿੱਕੇ ਪੈ ਚੱਲੇ ਸੀ, ਅੱਜ ਸਾਡੇ ਉਹ ਪੋਤਾ ਵਾਪਸ ਆਉਣ ਕਰਕੇ ਨਾ ਸਾਡੀ ਦੁੱਗਣੀ ਖੁਸ਼ੀ ਹੋ ਗਈ। ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇਵਾਲਾ ਕਿਉਂ ਕਹਿੰਦੇ ਆ, ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ, ਉਹਨੇ ਹਮੇਸ਼ਾ ਸਿੱਧੂ ਮੂਸੇਵਾਲਾ ਇਸ ਕਰਕੇ ਆਪਦੇ ਨਾਂ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ, ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਕਹੇ। ਉਹਨੇ ਸ਼ੁਭਦੀਪ ਨਾਮ ਬਣਾਉਣ ਦੀ ਬਜਾਏ ਸਿੱਧੂ ਮੂਸੇਵਾਲਾ ਨਾਮ ਬਣਾਇਆ। ਇਹ ਗੱਲ ਵੱਖਰੀ ਹੈ ਵੀ ਵਕਤ ਦੀ ਮਾਰ ਪਈ, ਸਿੱਧੂ ਮੂਸੇਵਾਲਾ ਸੀ, ਅੱਜ ਮੂਸਾ ਸਿੱਧੂ ਵਾਲਾ ਬਣ ਗਿਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਦਰੀ ਤੋਂ, ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਹਾਂ, ਸਾਡੇ 'ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਅਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਦ ਤੱਕ ਉਹ ਨਾ ਕਿਸੇ ਦੇ ਅਖੰਡ ਪਾਠ 'ਤੇ, ਸਹਿਜ ਪਾਠ 'ਤੇ ਜਾ ਕੇ ਨਾ ਮਸਤੀ ਕਰਦਾ, ਸ਼ਾਇਦ ਉਹਨੂੰ ਆਨੰਦ ਨਹੀਂ ਆਉਂਦਾ ਸੀ ਇਸ ਗੱਲ ਦਾ, ਉਹਦੇ 'ਚ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਦੇ ਸਮਝੇ ਨਹੀਂ ਸੀ। ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀਆਂ ਅੱਖਾਂ, ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ, ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਦੇ। ਤੁਸੀਂ ਹਰ ਜੀ ਨੇ, ਹਰ ਇਸ ਪਿੰਡ ਦੇ ਵਸਿੰਦੇ ਨੇ ਇੰਨੀ ਖੁਸ਼ੀ ਬਣਾਈ, ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮਦੀਦ ਕਿਹਾ। ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿੰਦਾ ਤਾਂ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ, ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ, ਸ਼ਾਇਦ ਇਸ ਬਲੂਰ ਦੇ ਜੰਮਦੇ ਦੇ ਬਣ ਗਏ ਉਸ ਤਰ੍ਹਾਂ ਦੇ। ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਇੱਕ ਆਉਣ ਵਾਲੀ ਮੁਸ਼ਕਲ ਦਾ ਸਾਹਮਣਾ ਇਵੇਂ ਜਿਵੇਂ ਕਰਾਂਗੇ, ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ। ਹਮੇਸ਼ਾ ਤੁਸੀਂ ਮੇਰੇ ਪਰਿਵਾਰ ਨੇ ਜਿਵੇਂ ਹੁਣ ਤੱਕ ਤੁਸੀਂ ਸਾਂਝ ਬਣਾ ਕੇ ਰੱਖੀ ਹੈ, ਮੈਂ ਉਮੀਦ ਕਰਦਾ ਅਤੇ ਆਪਾਂ ਅੱਗੇ ਤੋਂ ਵੀ ਮਿਲ ਜੁਲ ਕੇ, ਔਰ ਮੈਂ ਕਿਤੇ ਵੀ ਵਪਾਰ ਕਰਾਂ, ਬਿਜ਼ਨਸ ਕਰਾਂ, ਪਰੰਤੂ ਮੈਨੂੰ ਆਪਦੇ ਨਗਰ 'ਚ ਆਏ ਬਿਨਾਂ ਸੌਖਾ ਸਾਹ ਨਹੀਂ ਆਉਂਦਾ, ਅਤੇ ਮੈਂ ਹਮੇਸ਼ਾ ਤੁਹਾਡੇ ਦਰਮਿਆਨ, ਤੁਹਾਡੀ ਧਰਤੀ 'ਤੇ ਤੁਹਾਡੀ ਸੇਵਾ ਕਰਨਾ ਹੀ ਪਸੰਦ ਕਰੂੰਗਾ। ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ, ਤੁਹਾਡੇ 'ਚ ਰਹਿੰਦਿਆਂ 'ਚੋਂ, ਕਦੇ ਕਿਸੇ ਮਿੱਤਰ ਪਿਆਰੇ ਨਾਲ, ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ, ਤਾਂ ਉਹਦੀ ਤਰਫੋਂ, ਉਹਦੀ ਜਗ੍ਹਾ 'ਤੇ ਅੱਜ ਮੈਂ ਖਲੋ ਕੇ ਸਾਰੇ ਨਗਰ ਨੂੰ ਇਸ ਗੱਲ ਦੱਸਦੇ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋ ਗਈ ਹੋਵੇ ਤਾਂ ਅਸੀਂ ਮਾਫ਼ੀ ਜੋੜ ਚਾਹੁੰਦੇ, ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ। ਜਿੰਨਾ ਕੁ ਸਾਡੀ ਬਲ ਪਿਆ ਨਗਰ ਦੇ ਭਲੇ ਬਾਰੇ, ਕੋਈ ਕਦੇ ਪਲਾਨਿੰਗ ਕਰਾਂਗੇ, ਕੋਈ ਕਰਾਂਗੇ ਤਾਂ ਤੁਸੀਂ ਸਾਰੇ ਨੇ ਇੰਨਾ ਪਿਆਰ ਦਿੱਤਾ। ਵਾਹਿਗੁਰੂ ਤੁਹਾਡੇ ਸਾਰਿਆਂ ਦੇ ਪਰਿਵਾਰਾਂ 'ਤੇ ਮਿਹਰ ਭਰਿਆ ਹੱਥ ਰੱਖੇ, ਤੁਸੀਂ ਤੰਦਰੁਸਤ ਰਹੋ, ਰੱਖੇ। ਵਾਹਿਗੁਰੂ ਜੀ ਕਾ ਖਾਲਸਾ।